ਦਰਸਲ ਦਿਲ ਦੇ ਵਿੱਚ ਜਿਸ ਦੇ ਪਿਆਰ ਹੈ ਜਿਸ ਦੇ ਅੰਦਰੋਂ ਚਾਹਤ ਹੈ ਜਿਸ ਦੇ ਅੰਦਰੋਂ ਤੜਪ ਹੈ ਰੱਬੀ ਫਕੀਰ ਉਹੀ ਹੈ ਰੱਬੀ ਆਸ਼ਿਕ ਉਹੀ ਹੈ ਦਿਲੋਂ ਮੁਹੱਬਤ ਜਿਨ ਸੇ ਸੱਚਿਆ ਜਿਨ ਮਨਹੋਰ ਮੁਖਹੋਰ ਸੇ ਕਾਂਡੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ دیدار ਕੇ ਵਿਸਰਿਆ ਜਿਨ ਨਾਮ ਸੇ ਭੁਵੇ ਭਾਰਥੀਏ ਜਿਨ੍ਹਾਂ ਨੂੰ ਖੁਦਾ ਭੁੱਲਿਆ ਜਿਨ੍ਹਾਂ ਨੂੰ ਰੱਬ ਭੁੱਲਿਆ ਦਰਸ ਲੋ ਧਰਤੀ ਦਾ ਬੋਝ ਨੇ ਉਹ ਧਰਤੀ ਦਾ ਭਾਰ ਨੇ ਭਾਰੂ ਨੇ ਉਹਨਾਂ ਦਾ ਬੋਝ ਧਰਤੀ ਬਰਦਾਸ਼ਤ ਨਹੀਂ ਕਰਦੀ ਉਹ ਇਤਨੇ ਭਾਰੂ ਨੇ ਬਾਬਾ ਫਰੀਦ ਕਹਿੰਦੇ ਨੇ ਉਠ ਫਰੀਦਾ ਉਜੂ ਸਾਜ ਸੁਬਾ ਨਿਵਾਜ਼ ਗੁਜ਼ਾਰ ਜੋ ਸਿਰ ਸਾਈ ਨਾ ਨਵੇ ਸੋ ਸਿਰ ਕੱਪ ਉਤਾਰ ਜਿਹੜਾ ਸਿਰ ਖੁਦਾ ਦੇ ਅਗੋਂ ਝੁਕਦਾ ਨਹੀਂ ਜਿਹੜਾ ਸਿਰ ਸੱਚ ਦੇ ਅੱਗੋਂ ਝੁਕਦਾ ਨਹੀਂ ਜਿਹੜਾ ਸਿਰ ਦਇਆ ਸੀਖ ਨਹੀਂ ਉਹ ਸਿਰ ਤੇ ਕੱਟ ਹੀ ਦੇਣਾ ਚਾਹੀਦਾ ਜੋ ਸਿਰ ਸਾਈ ਨਾ ਨਵੇ ਸੋ ਸਿਰ ਖੀਂਜੇ ਕਾਇ ਕੁੰਨੇ ਜਲਾਈਏ ਬਾਲਣ ਸੰਧੀ ਥਾਂ ਬਾਲਣ ਦੀ ਥਾਂ ਤੇ ਚੁੱਲ੍ਹੇ ਦੇ ਵਿੱਚ ਉਹ ਸਿਰ ਡਾਣਾ ਚਾਹੀਦਾ ਉਹਨੂੰ ਜਲਾਣਾ ਚਾਹੀਦਾ ਜਿਹੜਾ ਖੁਦਾ ਦੇ ਅੱਗੋਂ ਝੁਕਿਆ ਨਹੀਂ ਦਰਸਲ ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਨਹੀਂ ਉਸ ਸਿਰ ਦੇ ਵਿੱਚ ਫਤੂਰ ਬੜਾ ਆਉਂਦਾ ਹੈ ਉਸ ਸਿਰ ਦੇ ਵਿੱਚ غرور ਬੜਾ ਆਉਂਦਾ ਹੈ ਉਸ ਸਿਰ ਦੇ ਵਿੱਚ ਅਹੰਕਾਰ ਬੜਾ ਆਉਂਦਾ ਹੈ ਕ੍ਰੋਧ ਬੜਾ ਆਉਂਦਾ ਹੈ ਵੈਰ ਵਿਰੋਧ ਬੜਾ ਆਉਂਦਾ ਹੈ ਉਹ ਸਮੁੱਚੇ ਫਤੂਰ ਨਾਲ ਗੁਬਾਰ ਨਾਲ ਭਰੇ ਹੋਏ ਇੱਕ ਸਿਰ ਹੈ ਪਤਾ ਨਹੀਂ ਇਸ ਦੇ ਚੋਂ ਕਿਸ ਵਕਤ ਐਸਾ ਲਾਵਾ ਫੁੱਟੇ ਜੋ ਮਨੁੱਖਤਾ ਲਈ ਨਿਸ਼ਤ ਤੇ ਨਾਬੂਦ ਦਾ ਕਾਰਨ ਬਣੇ ਤਬਾਹੀ ਦਾ ਕਾਰਨ ਬੜਵੇ ਬਰਬਾਦੀ ਦਾ ਕਾਰਨ ਬਣੇ ਇਸ ਵਾਸਤੇ ਬਾਬਾ ਫੈਦ ਕਹਿੰਦੇ ਨੇ ਧਰਤੀ ਦੇ ਉਹ ਬੋਝ ਨੇ ਵਿਸਰਿਆ ਜਨਾਵ ਸੇ ਭੋਏ ਭਾਰਤੀਏ ਉਹ ਤੇ ਧਰਤੀ ਦਾ ਬੋਝ ਨੇ ਉਹ ਤੇ ਧਰਤੀ ਦਾ ਭਾਰ ਨੇ ਔਰ ਹਕੀਕਤ ਦੇ ਚੈ ਕਿ ਧਰਤੀ ਦਾ ਭਾਰ ਨਾਸਤਿਕ ਹੈ ਧਰਤੀ ਦਾ ਬਾਹ ਰੱਬ ਤੋਂ ਬੇਮੁਖ ਹੈ ਕਿਉਂਕਿ ਉਹ ਅਸਾਨ ਫਰਾਮੋਸ਼ ਹੈ ਰੱਬ ਨੇ ਇਤਨਾ ਕੁਛ ਸੁਨੋ ਦਿੱਤਾ ਤੇ ਫਿਰ ਵੀ ਉਸ ਦੀ ਯਾਦ ਨਹੀਂ ਉਸ ਦੀ ਇਬਾਦਤ ਨਹੀਂ ਉਸ ਦੇ ਮਾਰਗ ਤੇ ਚੱਲਣਾ ਨਹੀਂ ਪ੍ਰਮਾਤਮਾ ਦੇ ਮਾਰਗ ਤੇ ਚੱਲਣਾ ਸੁਖ ਦੇ ਮਾਰਗ ਤੇ ਚੱਲਣਾ ਹੈ ਖੁਦਾ ਦੇ ਰਸਤੇ ਤੇ ਚੱਲਣਾ ਦਰਸਲ ਗੁਣਾਂ ਦੀ ਪ੍ਰਾਪਤੀ ਕਰਨਾ ਹੈ ਖੁਦਾ ਦੇ ਮਾਰਗ ਤੇ ਚੱਲਣਾ ਇਹ ਤੇ ਸੱਚ ਤੇ ਨੇਕੀਆਂ ਦੇ ਮਾਰਗ ਤੇ ਚੱਲਣਾ ਹੈ ਤੇ ਜੋ ਐਸਾ ਨਹੀਂ ਕਰਦਾ ਬਾਬਾ ਫਰੀਦ ਕਹਿੰਦੇ ਨੇ ਉਹ ਤੇ ਧਰਤੀ ਦਾ ਬੋਝ ਹੈ ਧਰਤੀ ਦਾ ਭਾਰ ਹੈ ਕਈ ਦਫਾ ਭਾਰੂ اے ਮਨੁੱਖ ਇਹਨਾਂ ਦੀ ਮਤ ਇਤਨੀ ਮਲੀਨ ਹੋ ਜਾਂਦੀ ਏ ਇਹਨਾਂ ਦੀ ਮਤ ਇਤਨੀ ਠੋਸ ਹੋ ਜਾਂਦੀ ਏ ਇਹਨਾਂ ਦਾ ਸੋਚਣ ਦਾ ਢੰਗ ਇਤਨਾ ਗੁੰਧ ਹੋ ਜਾਂਦਾ ਹੈ ਕਿ ਫਕੀਰ ਸਮਝਾ ਸਮਝਾ ਕੇ ਥੱਕ ਜਾਂਦੇ ਨੇ ਇਹਨਾਂ ਨੂੰ ਅਕਲ ਨਹੀਂ ਆਉਂਦੀ ਫਰੀਦਾ ਕੂ ਕਹਿੰਦੀਆਂ ਚਾਹ ਗੈਂਦੀਆਂ ਮੱਤੀ ਦੇਂਦੀਆਂ ਨਿਤ ਫਰੀਦਾ ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਚਿਤ ਉਹ ਆਪਣਾ ਚਿਤ ਕਿਸ ਤਰ੍ਹਾਂ ਮੋੜਨਗੇ ਜਿਨ੍ਹਾਂ ਦੇ ਚਿਤ ਦੇ ਚ ਸ਼ੈਤਾਨ ਬੈਠਾ ਹੈ ਸ਼ੈਤਾਨ ਰਾਜ ਕਰਦਾ ਹੈ ਵਾਕਈ ਜਦ ਸ਼ੈਤਾਨ ਰਾਜ ਕਰ ਰਿਹਾ ਹੋਵੇ ਤੋ ਭਗਵਾਨ ਨੂੰ ਅੰਦਰ ਤੇ ਥਾਂ ਤਾਂ ਹੀ ਮਿਲੇਗੀ ਪਹਿਲੇ ਸ਼ੈਤਾਨ ਨੂੰ ਧੱਕੇ ਮਾਰ ਕੇ ਬਾਹਰ ਕੱਢੀਏ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਇੱਕ ਭਾਂਡੇ ਦੇ ਚ ਲਬ ਲਬ ਪਾਣੀ ਭਰਿਆ ਹੋਇਆ ਹੈ ਤੇ ਇਹ ਦੇਚ ਹੁਣ ਦੁੱਧ ਪਾਣਾ ਹੈ ਤੋ ਪਾਣੀ ਉਂਡੇਲ ਕੇ ਪਰੇ ਕਰਨਾ ਪਏਗਾ ਇੱਕ ਬੋਤਲ ਦੇਚ ਸ਼ਰਾਬ ਭਰੀ ਹੋਈ ਹੈ ਤੇ ਇਸੇ ਬੋਤਲ ਦੇਚ ਅਸੀਂ ਦੁੱਧ ਭਰਨਾ ਚਾਹੁੰਦੇ ਹਾਂ ਤੋ ਸ਼ਰਾਬ ਨੂੰ ਉਂਡੇਲ ਕੇ ਇੱਕ ਪਾਸੇ ਕਰਨਾ ਪਏਗਾ ਦੋ ਵਿਪਰੀਤ ਵਸਤੂਆਂ ਨੂੰ ਇੱਕ ਭਾਂਡੇ ਦੇਚ ਰੱਖਣਾ ਬੜੀ ਔਖੀ ਗੱਲ ਹੈ ਇੱਕੇ ਹੀ ਚਿੱਤ ਦੇਚ ਭਗਵਾਨ ਤੇ ਸ਼ੈਤਾਨ ਨੂੰ ਰੱਖਣਾ ਵੀ ਬਹੁਤ ਔਖੀ ਗੱਲ ਹੈ ਯਾ ਹਿਰਦੇ ਦੇਚ ਭਗਵਾਨ ਬੈਠੇਗਾ ਯਾ ਹਿਰਦੇ ਦੇਚ ਸ਼ੈਤਾਨ ਬੈਠੇਗਾ ਜਦ ਹਿਰਦੇ ਦੇ ਸ਼ੈਤਾਨ ਬੈਠ ਜਾਂਦਾ ਹੈ ਤਾਂ ਉਹ ਬੰਦਾ ਧਰਤੀ ਦਾ ਬੋਝ ਬਣ ਜਾਂਦਾ ਹੈ ਧਰਤੀ ਦਾ ਭਾਰ ਬਣ ਜਾਂਦਾ ਹੈ ਤੇ ਜਦ ਹਿਰਦੇ ਦੀ ਸੇਜਾ ਤੇ ਭਗਵਾਨ ਬੈਠ ਜਾਂਦਾ ਹੈ ਉਹ ਤੇ ਧਰਤੀ ਦਾ ਫੁੱਲ ਬਣ ਜਾਂਦਾ ਹੈ ਸੁਗੰਧੀ ਬਣ ਜਾਂਦਾ ਹੈ ਉਹ ਤੇ ਚਾਰੇ ਪਾਸੇ ਮਹਿਕ ਸੁਆਪਣ ਸੁਗੰਧੀ ਵੰਡਦਾ ਹੈ ਉਹ ਐਸਾ ਹੌਲਾ ਫੁੱਲ ਹੋ ਜਾਂਦਾ ਹੈ ਕਦੀ ਵੀ ਸਮਾਜ ਦੇ ਕਿਸੇ ਤਬਕੇ ਲਈ ਉਹ ਭਾਰ ਨਹੀਂ ਹੁੰਦਾ। ਤੋਂ ਬਾਬਾ ਫਰੀਦ ਕਹਿੰਦੇ ਨੇ ਜਿਨ੍ਹਾਂ ਨੂੰ ਖੁਦਾ ਦਾ ਨਾਮ ਭੁੱਲਿਆ ਹੈ। ਉਹ ਤੇ ਧਰਤੀ ਦੇ ਭਾਰ ਨੇ, ਬੋਝ ਨੇ ਵਿਸਰਿਆ। ਜਿਨ ਨਾਮ ਸੇ ਭੁਏ ਭਾਰthिए। ਆਪ ਲਈਏ ਲੜਲਾਏ ਦਰਦਰਵੇਸ ਸੇ। ਤਿਨ ਧਨ ਜਣੇ ਦੀ ਮਾਉ ਆਏ ਸਫਲ ਸੇ। ਪਰਵਰਦੇਗਾਰ ਅਪਾਰ ਅਗੰਬੇ ਅੰਤ ਤੂੰ। ਜਿਨੀ ਪਛਾਤਾ ਸੱਚ ਚੁੰਮਾ ਪੈਰ ਮੋ। ਤੇਰੀ ਪਨਹੇ ਖੁਦਾਏ ਤੂੰ ਬਖਸ਼ਂ ਬੰਦਗੀ ਸ਼ੇਖ ਫਰੀਦੇ ਖੈਰ ਦੀਜੇ ਬੰਦਗੀ ਫਰੀਦ ਦੀ ਤੇ ਪ੍ਰਾਰਥਨਾ ਹੈ ਫਰੀਦ ਦੀ ਤੇ ਇਹ ਦੁਆ ਹੈ ਐ ਖੁਦਾ ਅਠੇ ਪੈਰ ਮੇਰੀ ਇਹ ਦੁਆ ਹੈ ਤੂੰ ਮੇਰੀ ਝੋਲੀ ਦੇਚ ਆਪਣੀ ਬੰਦਗੀ ਪਾ ਬੰਦਗੀ ਦਾ ਖੈਰ ਪਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਮਹਾਰਾਜ ਦਾ ਫਰਮਾਨ ਹਵਾਏ ਬੰਦਗੀ ਆਵਰਦ ਦਰਵਜੂਦ ਮਰਾ ਵਗਰਨੇ ਜੋਕੇ ਚੁਣੀ ਆਮਦਨ ਨਬੂਦ ਮਰਾ ਤੂੰ ਇਸ ਦੁਨੀਆ ਵਿੱਚ ਕੇਵਲ ਖੁਦਾਈ ਬੰਦਗੀ ਲਈ ਆਇਆ ਹੈ ਵਰਨਾ ਇਸ ਆਕਾਸ਼ ਦੇ ਥੱਲੇ ਹੋਰ ਕੀ ਕੁਝ ਨਹੀਂ ਆਉਂਦਾ ਸਭ ਕੁਝ ਹੋ ਰਿਹਾ ਹੈ ਤੂੰ ਤੇ ਕੇਵਲ ਬੰਦਗੀ ਲਈ ਆਇਆ ਹੈ ਸਭ ਕੁਝ ਤੇਰੇ ਲਈ ਹੈ ਤੂੰ ਖੁਦਾ ਲਈ ਹੈ ਸਾਰਾ ਪਦਾਰਥ ਤੇਰੇ ਲਈ ਹੈ ਤੂੰ ਪ੍ਰਮਾਤਮਾ ਲਈ ਹੈ ਪਦਾਰਥ ਦੀ ਹੋਂਦ ਤੇਰੇ ਲਈ ਹੈ ਤੇਰੀ ਹੋਂਦ परमात्मा ਲਈ ਹੈ তো बाबा फरीद ਕਹਿੰਦੇ ਨੇ اے خدا ਰਹਿਮਤ ਕਰ ਬਖਸ਼ਿਸ਼ ਕਰ ਮੇਰੀ ਝੋਲੀ ਵਿੱਚ ਬੰਦਗੀ ਦੀ ਖੈਰ ਪਾ ਦਿਨ ਰਾਤ ਆਪ ਬੰਦਗੀ ਕਰਦੇ ਨੇ اور ਬੰਦਗੀ ਨੇ ਜੋ ਅਵਸਥਾ ਬਣਾਈ ਹੈ ਉਸ ਦਾ ਆਪ ਇਸ ਢੰਗ ਨਾਲ ਜ਼ਿਕਰ ਕਰਦੇ ਨੇ ਫਰੀਦਾ ਰਤੀ ਰਤ ਨ ਨਿਕਲੇ ਜੇ ਤਨ ਜੀਰੇ ਕੋਏ ਜੋ ਸ਼ਹਿ ਰੱਤੇ ਆਪਣੇ ਤਿੰਨ ਤਨ ਰਤ ਨਾ ਹੋਏ ਬਈ ਮੇਰੇ ਤਨ ਨੂੰ ਕੋਈ ਚੀਰੇ ਤੇ ਰੱਤੀ ਜਿੰਨੀ ਵੀ ਰਤ ਲਹੂ ਨਹੀਂ ਨਿਕਲੇਗੇ ਮੁਗਲਤਾ ਪੈ ਸਕਦਾ ਇਸ ਤੋਂ ਕੀ વાਕਈ ਜਿਨ੍ਹਾਂ ਦੇ ਅੰਤਰ ਆਤਮੇ ਚ ਚਾਨਣਾ ਹੋ ਜਾਂਦਾ ਹੈ ਜਿਨ੍ਹਾਂ ਨੂੰ ਖੁਦਾ ਦੀ ਪ੍ਰਾਪਤੀ ਹੋ ਜਾਂਦੀ ਹੈ ਕੀ વાਕਈ ਉਹਨਾਂ ਦੇ ਸਰੀਰ ਦੇ ਚ ਲਹੂ ਨਹੀਂ ਆਉਂਦੀ ਕੀ વાਕਈ ਉਹਨਾਂ ਦੇ ਤਨ ਦੇ ਚ ਰਤ ਨਹੀਂ ਆਉਂਦੀ ਬਾਬੇ ਫਰੀਦ ਦੇ ਸ਼ਲੋਕ ਦੇ ਥਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ ਜੋ ਇਸ ਸ਼ਲੋਕ ਨੂੰ ਖੋਲਦਾ ਹੈ ਕਿ ਬਾਬਾ ਫਰੀਦ ਕੀ ਕਹਿ ਰਹੇ ਨੇ ਉਸ ਨੂੰ ਸਮਝੋ ਸ਼ਬਦਾਂ ਦੇ ਵਿੱਚ ਜੋ ਕੁਝ ਉਹਨਾਂ ਨੇ ਆਖਿਆ ਹੈ ਅੱਖਰਾਂ ਦੇ ਵਿੱਚ ਜੋ ਕੁਝ ਉਹਨਾਂ ਨੇ ਆਖਿਆ ਹੈ ਅਗਰ ਉਸ ਦੀ ਗਹਿਰਾਈ ਦੇ ਵਿੱਚ ਨਾ ਗਏ ਤਾਂ ਉਪਰੋਕਤ ਜਿਹੜੇ ਅਰਥ ਨੇ ਉਹ ਬਾਬੇ ਫਰੀਦ ਦੇ ਖਿਆਲਾਂ ਦੀ ਤਰਜਮਾਨੀ ਨਹੀਂ ਕਰਨਗੇ ਕਿਉਂਕਿ ਐਸਾ ਹੋਈ ਨਹੀਂ ਸਕਦਾ ਕਿ ਰਤ ਤੋਂ ਬਿਨਾ ਤਨ ਹੋਵੇ ਲਹੂ ਤੋਂ ਬਿਨਾ ਤਨ ਹੋਵੇ ਤੋ ਬਾਬਾ ਫਰੀਦ ਕਹਿੰਦੇ ਨੇ ਰਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ ਫਰੀਦਾ ਜੋ ਸ਼ਹਿ ਰਤੇ ਆਪਣੇ ਤਿਨ ਤਨ ਰਤ ਨਾ ਹੋਏ ਇਹਨੂੰ ਖੋਲਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਫਰੀਦਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ਹਿ ਰਤੇ ਆਪਣੇ ਤੈਨ ਤਨ ਲੋਭ ਰਤਨਾ ਹੋਏ ਭੈ ਪਈਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈ ਲਗਵਾਏ ਹਾਂ ਜੋ ਖੁਦਾ ਦੇ ਨਾਮ ਨਾਲ ਰੱਤੇ ਹੋਏ ਨੇ ਉਹਨਾਂ ਦੇ ਅੰਦਰ ਲੋਭ ਦੀ ਰਤ ਨਹੀਂ ਹੁੰਦੀ ਉਹਨਾਂ ਦੇ ਅੰਦਰ ਵਿਕਾਰਾਂ ਦੀ ਰਤ ਨਹੀਂ ਆਉਂਦੀ ਪ੍ਰਭੂ ਦਾ ਭੈ ਉਹਨਾਂ ਦੇ ਤਨ ਦੇ ਚੋਂ ਸਾਰੀ ਵਿਕਾਰਾਂ ਦੀ ਰਤ ਕੱਢ ਦਿੰਦਾ ਹੈ ਲੋਭ ਦਾ ਲਹੂ ਨਿਕਲ ਜਾਂਦਾ ਹੈ ਔਰ ਹਕੀਕਤ ਹੈ ਸੱਚ ਦੇ ਨਾਲ ਜਦ ਕੋਈ ਆਪਣੇ ਆਪ ਨੂੰ ਕਹਿੰਦਾ ਹੈ ਜ਼ਬਾਹ ਕਰਦਾ ਹੈ ਤਾਂ ਉਸ ਦੇ ਅੰਦਰੋਂ ਲੋਭ ਦਾ ਲਹੂ ਨਿਕਲ ਹੀ ਜਾਂਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਅਮਰ ਵਾਕ ਹੈ ਇੱਕ ਕਸਾਈ ਪ੍ਰਤੀ ਕਿ ਛੁਰੇ ਨਾਲ ਕਟ ਕਟ ਕੇ ਤੂੰ ਬੱਕਰਿਆਂ ਦਾ ਲਹੂ ਕਿਉਂ ਕੱਟਦਾ ਹੈ ਸੱਚ ਦੀ ਕਾਤੀ ਨਾਲ ਆਪਣੇ ਆਪ ਨੂੰ ਜ਼ਬਾਹ ਕਰ ਤੇ ਆਪਣੇ ਅੰਦਰੋਂ ਲੋਭ ਦਾ ਲਹੂ ਕੱਢ ਸਚ ਕੀ ਕਾਤੀ ਸਚ ਸਭ ਸਾਰ ਘਾੜਤ ਤਿਸ ਕੀ ਅਪਰ ਅਪਾਰ ਤਿਸ ਕਾ ਕੁੱਠਾ ਹੋਵੇ ਸੇਖ ਲਹੂ ਲਭ ਨਿਖੱਥਾ ਵੇਖ ਇਸ ਸਚ ਦੀ ਕਾਤੀ ਨਾਲ ਇਸ ਸਚ ਦੇ ਛੁਰੇ ਨਾਲ ਜੇ ਤੂੰ ਕਿਸੇ ਨੂੰ ਜ਼ਬਾਹ ਕਰੇਂਗਾ ਤਾਂ ਫਿਰ ਉਸ ਦੇ ਅੰਦਰ ਲਹੂ ਜਿਹੜਾ ਨਿਕਲੇਗਾ ਉਹ ਲੋਭ ਦਾ ਲਹੂ ਨਿਕਲ ਜਾਏਗਾ ਵਿਕਾਰਾਂ ਦਾ ਲਹੂ ਨਿਕਲ ਜਾਏਗਾ ਵਾਕਈ ਇਹ ਛੁਰਾ ਹੈ ਸੱਚ ਇਹ ਮਹਾਪੁਰਸ਼ਾਂ ਕੋ ਲੋਂਦਾ ਹੈ ਔਰ ਇਹ ਛੁੜਾ ਸਿੱਧਾ ਮਨ ਦੇ ਚ ਲੱਗਦਾ ਹੈ ਦਿਲ ਦੇ ਚ ਲੱਗਦਾ ਹੈ ਔਰ ਦਿਲ ਦੇ ਚੋਂ ਲੋਭ ਨਿਕਲ ਜਾਂਦਾ ਹੈ ਵਿਕਾਰ ਨਿਕਲ ਜਾਂਦੇ ਨੇ ਭਗਤਾਂ ਦੇ ਬੋਲ 부ਜੀ ਹੋਈ ਰਾਖ ਨਹੀਂ ਨੇ ਫਕੀਰਾਂ ਤੇ ਭਗਤਾਂ ਦੇ ਬੋਲ ਭਖਦੇ ਹੋਏ ਅੰਗਾਰੇ ਨੇ ਇਤੇ ਸ਼ੋਲੇ ਨੇ ਇਹਨਾਂ ਦੇ ਕੋਲ ਜਦ ਬੈਠਾਂਗੇ ਤੇ ਵਿਕਾਰ ਸੜ ਜਾਣਗੇ ਔਗੁਣ ਸੜ ਜਾਣਗੇ ਇਸ ਵਾਸਤੇ ਮਨੁੱਖ ਪੁੱਤਰਾਂ ਕੋਲ ਬੈਠ ਸਕਦਾ ਹੈ ਮਿੱਤਰਾਂ ਕੋਲ ਬੈਠ ਸਕਦਾ ਹੈ ਸੰਸਾਰ ਦੇ ਕਿਸੇ ਕੋਨੇ 'ਚ ਕਿਸੇ ਨਾਲ ਬੈਠ ਸਕਦਾ ਹੈ ਅਖਬਾਰ ਨਾਲ ਬੈਠ ਸਕਦਾ ਹੈ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਮਨੋਰੰਜਨ ਦੇ ਸਾਧਨਾਂ ਨਾਲ ਬੈਠ ਸਕਦਾ ਹੈ ਮਨੁੱਖ ਖੁਦਾ ਤੇ ਖੁਦਾ ਦੇ ਪਿਆਰਿਆਂ ਨਾਲ ਨਹੀਂ ਬੈਠ ਸਕਦਾ ਫਕੀਰਾਂ ਦੇ ਨਾਲ ਨਹੀਂ ਬੈਠ ਸਕਦਾ ਉੱਥੇ ਉਸ ਨੂੰ ਉਪਰਾਮਤਾ ਨਸੀਬ ਆਉਂਦੀ ਹੈ ਕਾਰਨ ਕਿ ਉਹਨਾਂ ਦੇ ਬਚਨ ਤੇ ਇੱਕ ਸ਼ੋਲਾ ਹੈ ਉਹਨਾਂ ਦੇ ਬੋਲ ਤੇ ਇੱਕ ਬਖਤੇ ਅੰਗਾਰੇ ਨੇ ਜੋ ਆਗਣਾ ਨੂੰ ਸਾੜ ਕੇ ਸਵਾ ਕਰ ਦਿੰਦੇ ਨੇ ਰਾਖ ਦੀ ਢੇਰ ਕੋਲ ਤੇ ਬੰਦਾ ਬਹਿ ਸਕਦਾ ਜਿੱਥੇ ਮਨੁੱਖ ਦਾ ਆਪਣਾ ਵਜੂਦ ਕਾਇਮ ਰਹਿ ਸਕਦਾ ਔਰ ਉਸ ਨੂੰ ਕੋਈ ਖਤਰਾ ਨਹੀਂ ਸੁਰੱਖਿਤ ਰਹਿ ਸਕਦਾ ਇਸ ਵਾਸਤੇ ਪੁੱਤਰਾਂ ਕੋਲ ਬੈਠਣ ਦੇ ਨਾਲ ਮਿੱਤਰਾਂ ਕੋਲ ਬੈਠਣ ਨਾਲ ਆਪਣੇ ਆਪ ਦੀ ਸੁਰੱਖਿਆ ਬਣੀ ਰਹਿੰਦੀ ਹੈ ਕਾਮ ਦੀ ਸੁਰੱਖਿਆ ਕ੍ਰੋਧ ਦੀ ਸੁਰੱਖਿਆ ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਦੀ ਹੋਂਦ ਬਕਾਇਦਾ ਕਾਇਮ ਰਹਿੰਦੀ ਹੈ ਪਰ ਇੱਕ ਫਕੀਰ ਦੇ ਬੋਲਾਂ ਕੋਲ ਜਦ ਬੈਠਾਂਗੇ ਉਤੇ ਬਖ ਦੇ ਅੰਗਾਰੇ ਨੇ ਜੋ ਇਹਨਾਂ तमाम ਵਿਕਾਰਾਂ ਨੂੰ ਸਾੜ ਕੇ ਸੁਆ ਕਰ ਦੇਣਗੇ ਰਾਖ ਕਰ ਦੇਣਗੇ ਤੋ ਬਾਬਾ ਫਰੀਦ ਦਰਸਲ ਇਹੀ ਕਹਿਣਾ ਚਾਹੁੰਦੇ ਨੇ ਕਿ ਮੇਰੇ ਅੰਦਰੋਂ ਲੋਭ ਦਾ ਲਹੂ ਨਿਕਲ ਗਿਆ ਹੈ ਔਰ ਇਸੇ ਨੂੰ ਖੁਲਾਸਾ ਪੂਰਵਕ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਫਰੀਦਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ੈ ਰਤੇ ਆਪਣੇ ਤਿਨ ਤਨ ਲੋਭ ਰਤ ਨਾ ਹੋਏ बाबा फरीद ਨੇ ਸਮਸਤੇ ਪੰਜਾਬ ਤੋਂ ਇਲਾਵਾ ਕੁਝ دہلی ਤੇ ਰਾਜਸਥਾਨ ਦੇ ਸ਼ਹਿਰਾਂ ਦਾ ਵੀ ਭਰਮਣ ਕੀਤਾ ਹੈ ਭਰਮਣ ਦੇ ਦੌਰਾਨ ਆਪਨੇ ਇੱਕ ਦਫਾ ਐਸਾ ਦੇਖਿਆ ਕਿ ਇੱਕ ਵੇਸਵਾ ਆਪਣੀ ਗੋਲੀ ਨੂੰ ਕੁੱਟ ਰਹੀ ਹੈ ਮਾਰ ਰਹੀ ਹੈ ਔਰ ਮਾਰਨ ਦਾ ਕਾਰਨ ਇਤਨਾ ਹੀ ਸੀ ਉਨੇ ਕੱਜਲ ਜੋ ਪੀਸਿਆ ਸੀ ਬਾਰੀਕ ਨਹੀਂ ਪੀਸਿਆ ਸੀ। ਔਰ ਕੱਜਲ ਦੀ ਸਲਾਈ ਜਦ ਉਸ ਵੇਸ਼ਵਾ ਨੇ ਆਪਣੀ ਅੱਖਾਂ ਚ ਪਾਈ ਤੇ ਰੜਕ ਪਈ ਅੱਖ ਦੇ ਚ ਕੁੱਟਣ ਲੱਗੀ ਗੋਲੀ ਨੂੰ ਮਾਰਨ ਲੱਗੀ ਗੋਲੀ ਨੂੰ। ਦੁਬਾਰਾ ਉਸੇ ਹੀ ਰਸਤੇ ਤੋਂ ਜਦ ਬਾਬਾ ਫਰੀਦ ਲੰਗੇ ਤਾਂ ਉਸ ਦੀ ਕਬਰ ਕੁਥਿਆਨੇ ਕਬਰ ਨੂੰ ਪੁੱਟ ਕੇ ਉਹਦਾ ਸਿਰ ਬਾਹਰ ਕੱਢਿਆ ਹੋਇਆ ਸੀ। ਔਰ ਅੱਖਾਂ ਦੀ ਥਾਂ ਤੇ ਅਨੇਕਾਂ ਕੀੜੇ ਬੈਠੇ ਹੋਏ। ਬਾਬਾ ਫਰੀਦ ਅਗੰਮੀ ਦੁਨੀਆ ਵਿੱਚ ਖੋ ਗਏ। ਔਰ ਆਪ ਦੀ ਮੁਬਾਰਕ ਜ਼ਬਾਨ ਤੋਂ ਇਹ ਸ਼ਲੋਕ ਨਿਕਲਿਆ। ਫਰੀਦਾ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿਠਰ ਕੱਜਰ ਰੇਖ ਨ ਸੈਂਦੀਆਂ ਸੇ ਪੰਖੀ ਸੁਹੇ ਬਹਿਠ ਜੋ ਇੱਕ ਕੱਜਲ ਦੀ ਰੇਖ ਵੀ ਅੱਖਾਂ ਵਿੱਚ ਨਹੀਂ ਸਹਾਰ ਸਕਦੀਆਂ ਸਨ ਅਨੇਕਾਂ ਕੀੜੇ ਉਹਨਾਂ ਹੀ ਅੱਖਾਂ ਵਿੱਚ ਕੁਰਬਲ ਕੁਰਬਲ ਕਰ ਰਹੇ ਨੇ ਇਹ ਹਾਲਤ ਇਹਨਾਂ ਅੱਖਾਂ ਦੀ ਬਣ ਗਈ ਹੈ ਐ ਮਨੁੱਖ ਇਤਨਾ تکبر ਕਿਉਂ ਇਤਨਾ غرور ਕਿਉਂ ਆਖਰ ਵਾਸਤਵਿਕ ਆਪਣੀ ਹੋਂਦ ਦਾ ਤੇ ਤੂੰ ਬੋਧ ਰੱਖ ਆਪਣੀ ਹੋਂਦ ਦਾ ਤੇ ਤੂੰ ਗਿਆਨ ਰੱਖ ਇਸੇ ਤਰੀਕੇ ਨਾਲ ਥਾਂ ਪਰ ਥਾਂ ਰੱਬੀ ਪਿਆਰਿਆਂ ਨੂੰ ਉਪਦੇਸ਼ ਸੰਦੇਸ਼ ਦਿੰਦਿਆਂ ਦਿੰਦਿਆਂ ਆਪ ਪਹੁੰਚੇ ਨੇ अजमेर शरीफ उस समय ख्वाजा मैयदुद्दीन चिश्ती अपनी रूहानी ताकत नाल रूहानी बोलान नाल आले द्वले देवतावरण नु काफी प्रभावित कर चुके सन ऐसे समय फरीद भी उथे पहुंचे चिश्ती साहब ने आप तो हाल चाल पूछया ता फरीद ने किया कि मैं ख्वाजा साहब ਆਪ ਦਾ murid ਬਣਨ ਲਈ ਆਇਆ ਮੈਂ ਵੀ ਇੱਥੇ ਰਹਿਣਾ ਹੈ ਮੈਂ ਵੀ ਆਪ ਦੇ ਰੋਹਾਨੀ ਕਲਾਮ ਤੋਂ ਸਰਸਾਰ ਹੋਣਾ ਚਾਹੁੰਦਾ ਮੈਂ ਵੀ ਆਪ ਦੀ ਸੰਗਤ ਵਿੱਚ ਬੈਠ ਕੇ ਖੁਦਾ ਦੀ ਨੇੜਤਾ ਹਾਸਲ ਕਰਨਾ ਚਾਹੁੰਦਾ ਕਹਿੰਦੇ ਨੇ ਖੋਜਾ ਮਯੂਦਨ ਚਿਸ਼ਤੀ ਦਾ ਸੁਭਾਅ ਸੀ ਕਿ ਜਦ ਵੀ ਆਪ ਦਾ ਕੋਈ ਸ਼ਾਗਿਰਦ ਬਣੇ ਤਾਂ ਉਸ ਨੂੰ ਕਸਵੱਟੀ ਤੇ ਜ਼ਰੂਰ ਪਰਖ ਲੈਂਦੇ ਸਨ ਔਰ ਹਕੀਕਤ ਹੈ ਕਿ ਜਿਸ ਨੂੰ ਕਸਵਟੀ ਤੇ ਪਰਖੇ ਨਾ ਅਸਲੀਅਤ ਦਾ ਪਤਾ ਹੀ ਨਹੀਂ ਚਲਦਾ ਹਕੀਕਤ ਦਾ ਪਤਾ ਹੀ ਨਹੀਂ ਚਲਦਾ ਪਰਮਾਤਮਾ ਨੇ ਵੀ ਸਮੁੱਚੇ ਸੰਸਾਰ ਦੇ ਵਿੱਚ ਬਕਾਇਦਾ ਕਸਵਟੀਆਂ ਰੱਖੀਆਂ ਹੋਈਆਂ ਨੇ ਹਰ ਜੀਵ ਲਈ ਹਰ ਮਨੁੱਖ ਲਈ ਭਗਤ ਕਬੀਰ ਜੀ ਮਹਾਰਾਜ ਦਾ ਐਸਾ ਫਰਮਾਨ ਕਿ ਕਬੀਰ ਕਸੌਟੀ RAM ਕੀ ਜੂਠਾ ਠਕੇ ਨਾ ਕੋਏ RAM ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ ਬਿਲ ਝੂਠਾ ਬੰਦਾ ਰਾਮ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਪਰ ਸਵਾਲ ਇਹ ਪੈਦਾ ਹੁੰਦਾ ਰਾਮ ਦੀ ਕਸੌਟੀ ਕੀ ਹੈ ਰਾਮ ਦੀ ਕਸੌਟੀ ਹੈ ਦੁੱਖ ਤੇ ਸੁੱਖ ਦੁੱਖ ਦੇ ਚ ਬੰਦਾ ਇਤਨਾ ਬੇਚੈਨ ਹੋ ਜਾਂਦਾ ਹੈ ਦਿਮਾਗੀ ਸੰਤੁਲਨ ਆਪਣਾ ਇਤਨਾ ਗਵਾ ਬੈਠਦਾ ਹੈ ਕਿ ਉਸ ਲਈ ਬੰਦਗੀ ਕਰਨਾ ਬਹੁਤ ਕਠਿਨ ਹੈ ਔਰ ਸੁੱਖ ਦੇ ਚ ਇਤਨਾ ਦਿਲਿਦਰੀ ਹੋ ਜਾਂਦਾ ਹੈ ਇਤਨਾ ਆਯਾਸ ਹੋ ਜਾਂਦਾ ਹੈ ਇਤਨਾ ਆਲਸੀ ਹੋ ਜਾਂਦਾ ਹੈ ਹੁਣ ਅੰਮ੍ਰਿਤ ਵੇਲੇ ਉੱਠਣਾ ਔਖਾ ਹੋ ਜਾਂਦਾ ਹੈ ਹੁਣ ਬ੍ਰਹਮ ਮਹਿ ਹੁਰਤ ਦੇ ਚ ਉੱਠ ਕੇ ਬੰਦਗੀ ਕਰਨਾ ਔਖਾ ਹੋ ਜਾਂਦਾ ਹੈ ਇਹ ਸੁਖ ਦੁਖ ਪ੍ਰਮਾਤਮਾ ਵੱਲੋਂ ਮਨੁੱਖ ਲਈ ਇੱਕ ਕਸਵਟੀ ਨੇ ਤੇ ਇਸ ਕਸਵਟੀ ਤੇ ਅਕਸਰ ਦੇਖਿਆ ਗਿਆ ਹੈ ਮਨੁੱਖ ਪੂਰਾ ਨਹੀਂ ਉਤਰਦਾ ਦੁੱਖ ਵੀ ਬੰਦੇ ਦਾ ਦਿਮਾਗੀ ਸੰਤੁਲਨ ਡਾਵਾਂਡੋਲ ਕਰ ਦਿੰਦਾ ਹੈ ਔਰ ਸੁਖ ਵੀ ਦਿਮਾਗੀ ਸੰਤੁਲਨ ਡਾਵਾ ਡੋਲ ਕਰ ਦਿੰਦਾ ਹੈ ਬਹੁਤੇ ਦੁਖੀ ਬੰਦੇ ਵੀ ਜੀਵਨ ਦੀ ਗਰਾਈ ਨੂੰ ਵੇਖਣ ਦੇ ਵਿੱਚ ਅਸਮਰਥ ਹੋ ਜਾਂਦੇ ਨੇ ਔਰ ਬਹੁਤੇ ਸੁਖਿਆਰੇ ਬੰਦਿਆਂ ਦੀ ਦ੍ਰਿਸ਼ਟੀ ਵੀ ਕੋਈ ਬਹੁਤ ਬੁਲੰਦ ਨਹੀਂ ਹੁੰਦੀ ਉਹਨਾਂ ਦੀ ਵੀ ਪ੍ਰਵਾਜ ਕੋਈ ਬਹੁਤ ਉੱਚੀ ਨਹੀਂ ਹੁੰਦੀ ਇਸੇ ਤਰੀਕੇ ਨਾਲ ਪ੍ਰਮਾਤਮਾ ਦੇ ਪਿਆਰੇ ਫਕੀਰ ਲੋਗ ਵੀ ਜਦ ਵੀ ਕਿਸੇ ਨੂੰ ਆਪਣਾ شاਗਿਰਦ ਬਣਾਉਂਦੇ ਸਨ ਤੇ ਉਹਨਾਂ ਦੇ ਸਾਹਮਣੇ ਕੋਈ ਨਾ ਕੋਈ ਕਸਵੱਟੀ ਜ਼ਰੂਰ ਰੱਖਦੇ ਸਨ ਜੈਸੇ ਕਿ ਕੇਸਗੜ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਸਵਟੀ ਰੱਖੀ ਕਿ ਮੈਨੂੰ ਪੰਜ ਸੀ ਸਚਾਈ ਰਹਿਣੇ ਪੰਜ ਸਿਰ ਚਾਹੀਦੇ ਨੇ ਇਹ ਕਸਵਟੀ ਸੀ ਦਰਸਲ ਸਤਿਗੁਰੂ ਇਹ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ ਹੈ ਕੋਈ ਪੁੱਤਰਾਂ ਲਈ ਜੀਉਂਦਾ ਹੈ ਕੋਈ ਪਰਿਵਾਰ ਲਈ ਜੀਉਂਦਾ ਹੈ ਕੋਈ ਪਤਨੀ ਲਈ ਜੀਉਂਦਾ ਹੈ ਕੋਈ ਪਤੀ ਲਈ ਜੀਉਂਦਾ ਹੈ ਕੋਈ ਧਨ ਲਈ ਜੀਉਂਦਾ ਹੈ ਕੋਈ ਪ੍ਰਭਤਾ ਲਈ ਜੀਉਂਦਾ ਹੈ ਕੋਈ ਮਾਨ ਮਰਿਆਦਾ ਲਈ ਜੀਉਂਦਾ ਹੈ ਇੱਥੇ ਸਤਿਗੁਰੂ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ ਹੈ ਦਰਸਲ ਮੇਰੇ ਨਾਲ ਪੂਰਨ ਤੌਰ ਤੇ ਕਿਸ ਦਾ ਸੰਬੰਧ ਹੈ ਤੋਂ ਮਹਾਪੁਰਸ਼ ਗਾਹੇ ਬਗਾਏ ਮਨੁੱਖਤਾ ਦੇ ਸਾਹਮਣੇ ਕਸੋਟੀ ਰੱਖਦੇ ਆਏ ਨੇ ਖਵਾਜਾ ਮਈਦਨ ਚਿਸ਼ਤੀ ਨਵੀ ਬਾਬੇ ਫਰੀਦ ਦੇ ਸਾਹਮਣੇ ਇੱਕ ਕਸਵਟੀ ਰੱਖ ਦਿੱਤੀ ਕਸਵਟੀ ਕੀ ਆਖਿਆ ਫਰੀਦ ਐਲੇ ਕਬੂਤਰਸ ਲੇ ਛੁਰੇ ਇਸ ਨੂੰ ਐਸੀ ਥਾਂ ਤੇ ਜ਼ਬਾਹ ਕਰ ਜਿੱਥੇ ਕੋਈ ਵੀ ਨਾ ਦੇਖੇ ਕਿਸੇ ਦੀ ਵੀ ਦ੍ਰਿਸ਼ਟੀ ਨਾ ਪਵੇ ਹਰ ਇੱਕ ਦੀ ਨਜ਼ਰਾਂ ਤੋਂ ਉਹ ਜਲ ਤੂੰ ਇਸ ਨੂੰ ਜ਼ਬਾਹ ਕਰ ਔਰ ਜ਼ਬਾਹ ਕਰਕੇ ਛੇਤੀ ਲਿਆ ਬਾਬਾ ਫਰੀਦ ਕਬੂਤਰ ਨੂੰ ਲੈ ਕੇ ਛੁਰੇ ਨੂੰ ਲੈ ਕੇ ਅਜਮੇਰ ਸ਼ਹਿਰ ਤੋਂ ਬਾਹਰ ਚਲੇ ਗਏ ਭਈ ਉੱਥੇ ਕੋਈ ਨਹੀਂ ਵੇਖੇਗਾ ਇੱਕ ਬਿਆਬਾਨ ਜੰਗਲ ਦੇਚ ਆਪ ਚਲੇ ਗਏ ਉੱਥੇ ਇੱਕ ਖੰਡਰ ਸੀ ਤੇ ਜਿਉਂ ਖੰਡਰ ਦੇਚ ਆਪ ਪ੍ਰਵੇਸ਼ ਕਰਦੇ ਨੇ ਤੇ ਸੋਚਦੇ ਨੇ ਕਿ ਹੁਣ ਨਾ ਪੰਛੀ ਵੇਖਦੇ ਪੈਣੇ ਨਾ ਪਸ਼ੂ ਵੇਖ ਰਹੇ ਨੇ ਤੇ ਨਾ ਹੀ ਮਨੁੱਖ ਵੇਖ ਰਹੇ ਨੇ ਤੇ ਮੇਰੇ ਖਵਾਜਾ ਨੇ ਆਖਿਆ ਸੀ ਇਸ ਨੂੰ ਐਸੀ ਥਾਂ ਤੇ ਜ਼ਬਾ ਕਰਿਂ ਜਿੱਥੇ ਕੋਈ ਨਾ ਵੇਖੇ ਤਾਂ ਇੱਥੇ ਕੋਈ ਵੀ ਨਹੀਂ ਵੇਖ ਰਿਆ ਹਨੇਰਾ ਸੀ ਉਸ ਖੰਡਰ ਦੇ ਵਿੱਚ ਉਸ ਖੋਲੇ ਦੇ ਵਿੱਚ ਜੈਸੇ ਜ਼ਬਾਹ ਕਰਨ ਲੱਗੇ ਤੇ ਅੰਧੇਰੇ ਦੇ ਵਿੱਚ ਕਬੂਤਰ ਦੀਆਂ ਅੱਖਾਂ ਚਮਕ ਰਹੀਆਂ ਸਨ ਉਹਨਾਂ ਚਮਕਦੀਆਂ ਹੀ ਅੱਖਾਂ ਨੂੰ ਵੇਖ ਕੇ ਇੱਕਦਮ ਫਰੀਦ ਨੂੰ ਖਿਆਲ ਆਇਆ ਕਬੂਤਰ ਵੇਖ ਰਿਹਾ ਹੈ ਮੇਰੇ ਖਵਾਜਾ ਨੇ ਆਖਿਆ ਕੋਈ ਵੀ ਨਾ ਵੇਖੇ ਕਬੂਤਰ ਤੇ ਵੇਖ ਰਿਹਾ ਹੈ ਆਪਨੇ ਆਪਣਾ ਚੋਲਾ ਭਾੜ ਕਬੂਤਰ ਦੀਆਂ ਅੱਖਾਂ ਬੰਦ ਦਿੱਤੀਆਂ ਤੇ ਜਦ ਜ਼ਬਹ ਕਰਨ ਲੱਗੇ ਤੇ ਖਿਆਲ ਆਇਆ ਮੈਂ ਵੇਖ ਰਿਹਾ ਆਪਣੀ ਅੱਖਾਂ ਤੇ ਵੀ ਪੱਟੀ ਬੰਨ ਦਿੱਤੀ ਫਿਰ ਜਦ ਜ਼ਬਹ ਕਰਨ ਲੱਗੇ ਤਾਂ ਫਿਰ ਖਿਆਲ ਆਇਆ ਮੇਰਾ ਮਨ ਵੇਖ ਰਿਹਾ ਹੈ ਮੇਰੀ ਆਤਮਾ ਵੇਖ ਰਹੀ ਹੈ ਤੇ ਹੁਣ ਮੈਂ ਆਪਣੀ ਆਤਮਾ ਤੇ ਕਿਵੇਂ ਪੱਟੀ ਬੰਨਾਂ ਹੁਣ ਮੈਂ ਆਪਣੀ ਆਤਮਾ ਦੀਆਂ ਅੱਖਾਂ ਕਿਵੇਂ ਬੰਦ ਕਰਾਂ ਉਹ ਤੇ ਦੇਖਦੀ ਪਈ ਹੈ ਮੇਰੇ ਅੰਦਰ ਦਾ ਮਨ ਮੇਰੇ ਅੰਦਰ ਦੀ ਜ਼ਮੀਰ ਤੇ ਸਭ ਕੁਝ ਦੇਖਦੀ ਪਈ ਹੈ। ਲਿਹਾਜ਼ਾ ਆਪ ਕਬੂਤਰ ਤੇ ਛੁਰੀ ਨੂੰ ਇੱਕਦਮ ਖ्वाजा ਦੀ ਦਰਗਾਹ ਦੇ ਚ ਵਾਪਸ ਲਿਆਇਆ ਹੈ। ਖ्वाजा ਸਾਹਿਬ ਦੇ ਅੱਗੋਂ ਕਬੂਤਰ ਵੀ ਰੱਖ ਦਿੱਤਾ। ਛੁਰਾ ਵੀ ਰੱਖ ਦਿੱਤਾ। ਤੇ ਮਯੂਦੀਨ ਚਿਸ਼ਤੀ ਕਹਿਣ ਲੱਗੇ ਫਰੀਦ ਤੈਨੂੰ ਕਿਹਾ ਸੀ ਕਿਸੇ ਐਸੀ ਥਾਂ ਤੇ ਜ਼ਬਾ ਕਰ ਜਿੱਥੇ ਕੋਈ ਵੀ ਨਾ ਦੇਖੇ। ਤੇ ਤੂੰ ਜ਼ਬਾ ਕਰਕੇ ਨਹੀਂ ਲੈ ਆਇਆ ਖਵਾਜਾ ਸਾਹਿਬ ਸਾਰੀ ਥਾਵਾਂ ਤੇ ਮੇਰੀ ਆਤਮਾ ਵੇਖਦੀ ਹੈ ਸਾਰੀ ਥਾਵਾਂ ਤੇ ਮੇਰੀ ਰੂਹ ਵੇਖਦੀ ਹੈ ਹਰ ਥਾਂ ਤੇ ਖੁਦਾ ਵੇਖਦਾ ਹੈ ਕਿੱਥੇ ਸੁਨੂ ਜ਼ਬਾ ਕਰਾਂ ਆਪ ਦਾ ਹੁਕਮ ਸੀ ਕਿ ਐਸੀ ਥਾਂ ਤੇ ਜ਼ਬਾ ਕਰੋ ਜਿੱਥੇ ਕੋਈ ਵੀ ਨਾ ਦੇਖੇ ਤਾਂ ਖੁਦਾ ਤੇ ਸਾਰੀ ਥਾਂ ਤੇ ਦੇਖਦਾ ਹੈ ਤਾਂ ਇੱਕਦਮ ਖਵਾਜਾ ਮੀਦਨ ਚਿਸ਼ਤੀ ਨੇ ਕਿਹਾ ਫਰੀਦ ਤੇਰੀ ਬੰਦਗੀ ਸੰਪੂਰਨ ਹੈ ਤੇਰੀ ਇਬਾਦਤ ਮੁਕੰਮਲ ਹੈ ਜਿਸ ਬੰਦੇ ਨੂੰ ਹਰ ਥਾਂ ਤੇ ਤੇ ਹਰ ਵੇਲੇ ਖੁਦਾ ਦੀ ਝਲਕ ਮਿਲੇ ਤੇ ਖੁਦਾ ਦਾ ਅਹਿਸਾਸ ਹੋਵੇ ਬਸ ਇਹੀ ਪੂਰਨ ਪਦ ਹੈ ਜਾ ਤੂੰ ਤੇ ਖੁਦਾ ਨਾਲ ਜੁੜਿਆ ਹੈ ਤੇਰੇ ਉਤੇ ਖੁਦਾ ਦੀ ਬਖਸ਼ਿਸ਼ ਹੈ ਖੁਦਾ ਰੰਗ ਰਤਲੇ ਬਾਬੇ ਫਰੀਦ ਦੇ ਅਮਰ ਬੋਲਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਉਪਦੇਸ਼ ਤੇ ਸੰਦੇਸ਼ ਮਿਲਦੇ ਨੇ ਆਪ ਕਹਿੰਦੇ ਨੇ ਸਬਰੇ ਕਮਾਨ ਸਬਰ ਕਾ ਨਹੀਂ ਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੇ ਬਾਬਾ ਫਰੀਦ ਕਹਿੰਦੇ ਸਬਰ ਦੇ ਵਿੱਚ ਬੜੀ ਤਾਕਤ ਹੈ ਧੀਰਜ ਦੇ ਵਿੱਚ ਬੜੀ ਤਾਕਤ ਹੈ ਜਿਸ ਦੇ ਅੰਦਰ ਸਬਰ ਹੋਵੇ ਉਹਨੂੰ ਸਾਬਰੀ ਕਹਿੰਦੇ ਨੇ ਸਬਰ ਦੇ ਵਿੱਚ ਜੀਉਣ ਵਾਲਾ ਸਬਰ ਇਹ ਕਮਾਨ ਸਬਰ ਕਾ ਨਹੀਂ ਹਣੋ ਜਿਹਦੇ ਕੋਲ ਸਬਰ ਦਾ ਕਮਾਨ ਹੈ ਸਬਰ ਦਾ ਤੀਰ ਹੈ ਤੇ ਜਿਸ ਨੇ ਸਬਰ ਦਾ ਹੀ ਚਿੱਲਾ ਚੜਾਇਆ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੇ ਸਬਰ ਦਾ ਜਿਹੜਾ ਤੀਰ ਹੈ ਇਹ ਨਿਸ਼ਾਨੇ ਤੇ ਲੱਗਦਾ ਹੈ ਭਾਵੇਂ ਨਿਸ਼ਾਨੇ ਦੀ ਪੂਰਤੀ ਕਰਾ ਦਿੰਦਾ ਸਬਰ ਦਾ ਬਾਣ ਖਾਲਕ ਵੀ ਖਤਾ ਨਹੀਂ ਜਾਣ ਦਿੰਦਾ ਭਾਵੇਂ ਜਿਹੜਾ ਸਾਬਰੀ ਬੰਦਾ ਹੈ ਜੋ ਸਬਰ ਦੇ ਚ ਬੈਠਾ ਹੈ ਉਸ ਦੀ ਚਾਹਤ ਔਰ ਉਸ ਦੀ ਲੋੜ ਖੁਦਾ ਆਪ ਪੂਰੀ ਕਰਦਾ ਹੈ ਉਸਨੋ ਖੁਦਾ ਵੀ ਨਿਰਾਸ਼ ਨਹੀਂ ਕਰਦਾ ਇਸ ਵਾਸਤੇ ਬਾਬਾ ਫਰੀਦ ਦਾ ਫਰਮਾਨ ਹੈ ਸਬਰ ਇਹੋ ਸਵਾਵ ਜੇ ਤੂੰ ਬੰਦਾ ਦ੍ਰਿੜ ਕਰੇ ਵਧ ਥੀਵੇਂ ਦਰਿਆ ਟੁੱਟ ਨਾ ਥੀਵੇ ਵਾਹੜਾ ਜੇ ਤੂੰ ਕਿਦਰੇ ਸਬਰ ਆਪਣੇ ਅੰਦਰ ਧਾਰਨ ਕਰ ਲਵੇਂ ਤੇ ਸਾਗਰ ਦੀ ਤਰ੍ਹਾਂ ਮਹਾਨ ਹੋ ਜਾਏਗਾ ਦਰਿਆਵਾਂ ਦੀ ਤਰ੍ਹਾਂ ਮਹਾਨ ਹੋ ਜਾਏਗਾ ਇੱਕ ਛੋਟਾ ਜਿਹਾ ਵਾੜਾ ਨਹੀਂ ਰਹਿ ਜਾਏਗਾ ਭਾਉ ਸਬਰ ਮਨੁੱਖ ਜਿਹੜੇ ਨੇ ਉਹ ਪਰਮ ਪੱدی ਪ੍ਰਾਪਤੀ ਕਰ ਲੈਂਦੇ ਨੇ ਅਧੀਰ ਜਿਹੜੇ ਮਨੁੱਖ ਨੇ ਬੇਸਬਰੀ ਵਾਲੇ ਜਿਹੜੇ ਮਨੁੱਖ ਨੇ ਉਹਤੇ ਲੋਕ ਦਾ ਰਸ ਵੀ ਗਵਾ ਬੈਠਦੇ ਨੇ ਔਰ ਪਰਲੋਕ ਦਾ ਆਨੰਦ ਵੀ ਗਵਾ ਬੈਠਦੇ ਨੇ ਆਪਦੇ ਸ਼ਲੋਕਾਂ ਦੇ ਵਿੱਚ ਕੁਝ ਹੋਰ ਕੀਮਤੀ ਸ਼ਲੋਕ ਸਵਾਲੋ ਜਵਾਬ ਦੇ ਰੂਪ ਦੇ ਵਿੱਚ ਕਵਣ ਸੋ ਅਖਰ ਕੌਣ ਗੁਣ ਕੌਣ ਸੋ ਮਣੀਆ ਮੰਤ ਕੌਣ ਸੋ ਵੇਸੀ ਹਉ ਕਰੀ ਜਿਸ ਵਸ ਆਵੇ ਕੰਤ ਕਿ ਮੇਂ ਖੁਦਾ ਮਿਲੇ ਉਹ ਕਿਹੜੇ ਅੱਖਰ ਨੇ ਜੋ ਮੈਂ ਬੋਲਾ ਕਵਣ ਸਵ ਅੱਖਰ ਕਵਣ ਗੁਣ ਕਵਣ ਸਵ ਮਣੀਆ ਮੰਤ ਦਰਸ ਲੋ ਕਿਹੜੇ ਗੁਣ ਨੇ ਮੈਂ ਧਾਰਨ ਕਰਾਂ ਤੇ ਖੁਦਾ ਮਿਲੇ ਉਹ ਕਿਹੜਾ ਮੰਤਰ ਹੈ ਜਿਸ ਦਾ ਮੈਂ ਰਚਨ ਕਰਾਂ ਤੇ ਖੁਦਾ ਦੀ ਪ੍ਰਾਪਤੀ ਹੋਵੇ ਉਹ ਕਿਹੜੇ ਅੱਖਰ ਨੇ ਜੋ ਮੇਰੀ ਜ਼ਬਾਨ ਤੇ ਰਹੇ ਤੇ ਖੁਦਾ ਦੀ ਪ੍ਰਸੰਤਾ ਦਾ ਮੈਂ ਪਾਤਰ ਬਣਾ ਇੱਕ ਸਵਾਲੀਆ ਫਿਕਰਾ ਇਸ ਦਾ ਜਵਾਬ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣਿਆ ਮੰਤ ਕੋਣ ਸੋ ਵੇਸੀ ਹੋ ਕਰੀ ਜਿਸ ਵਸ ਆਵੀ ਕੰਤ ਨਿਵਣ ਸੋ ਅੱਖਰ ਖਵਣ ਗੁਣ ਜਹਿਬਾ ਮਣਿਆ ਮੰਤ ਇਹ ਤ੍ਰੈ ਭੇਣੇ ਵੇਸ਼ ਕਰ ਤਾ ਵਸ ਆਵੀ ਕੰਤ ਬਾਬਾ ਫਰੀਦ ਕਹਿੰਦੇ ਨਵਣ ਸੋ ਅੱਖਰ ਨਿਰਮਾਨਤਾ ਧਾਰਨ ਕਰ ਤੇਰੇ ਬੋਲਾਂ ਵਿੱਚ ਮਿਠਾਸ ਹੋਵੇ ਤੇਰੇ ਬੋਲਾਂ ਵਿੱਚ ਹਲੇਮੀ ਹੋਵੇ ਤੇਰੇ ਬੋਲਾਂ ਵਿੱਚ ਨਿਰਮਾਣਤਾ ਹੋਵੇ ਤੂੰ ਜਿਹੜਾ ਵੀ ਬੋਲ ਬੋਲੇ ਉਹਦੇ ਤੇ ਤੇਰਾ ਅਹੰਭਾਉ ਤੇਰਾ ਆਪਾ ਭਾਵ ਪ੍ਰਗਟਨਾ ਹੋਵੇ ਮਨੁੱਖ ਜੋ ਕੁਝ ਵੀ ਬੋਲਦਾ ਹੈ ਬਹੁਤ ਸਾਰੇ ਬੋਲਾਂ ਵਿੱਚ ਉਸ ਦਾ ਆਪਣਾ ਭਾਵ ਵੀ ਪ੍ਰਗਟ ਹੁੰਦਾ ਹੈ ਆਪਾ ਭਾਵ ਅਹੰਭਾਉ ਹੀ ਪ੍ਰਗਟ ਹੁੰਦਾ ਹੈ ਐਸੇ ਬੋਲ ਬੋਲ ਜਿਹਦੇ ਵਿੱਚ ਤੇਰੀ ਹੋਂਦ ਪ੍ਰਗਟ ਨਾ ਹੋਵੇ ਐਸੇ ਬੋਲ ਬੋਲ ਜਿਹਦੇ ਵਿੱਚ ਪ੍ਰਭੂ ਦੀ ਹੋਂਦ ਪ੍ਰਗਟ ਹੋਵੇ ਖੁਦਾ ਦੀ ਹੋਂਦ ਪ੍ਰਗਟ ਹੋਵੇ ਨਵਨ ਸੁਵਖਰ ਖਵਣ ਗੁਣ ਸ਼ੀਲ ਗੁਣ ਉੱਚਾ ਆਚਨ ਆਪਣੇ ਅੰਦਰ ਧਾਰਨ ਕਰ ਤੇ ਜ਼ਬਾਨ ਦੇਤੇ ਹਰ ਵਕਤ ਖੁਦਾ ਦਾ ਨਾਮ ਰਟੀ ਜਾ ਅੱਲਾ ਅੱਲਾ ਦੀ ਧੁਨ ਰਟੀ ਜਾ ਰਟੀ ਜਾ ਈ ਤਰ੍ਹਾਂ ਭੇਣੇ ਵੇਸ਼ ਕਰ ਤਾਂ ਵਸ ਆਵੀ ਕੰਤ ਨਿਰਮਾਣਤਾ ਸ਼ਰਮੌਰ ਗੁਣ ਬਾਬੇ ਫਰੀਦ ਨੇ ਦੱਸਿਆ ਜੋ ਆਪਣੀ ਹੀ ਹਰ ਵਕਤ ਹੋਂਦ ਪ੍ਰਗਟ ਕਰਦਾ ਹੈ ਉਹ ਜੀਵਨ ਦੇਚ ਖੁਦਾਈ ਹੋਂਦ ਨੂੰ ਪ੍ਰਗਟ ਨਹੀਂ ਕਰ ਸਕੇਗਾ ਜੋ ਬੇਸਬਰ ਹੈ ਉਹਨੋ ਵੀ ਖੁਦਾ ਦੀ ਪ੍ਰਾਪਤੀ ਨਹੀਂ ਹੋ ਸਕੇਗੀ ਐਸੇ ਕੀਮਤੀ ਬੋਲ ਸਿਰਫ ਬੋਲ ਹੀ ਨਹੀਂ ਬਲਕਿ ਇਨਾਂ ਬੋਲਾਂ ਵਿੱਚ ਢਲੇ ਆਇਆ ਆਪ ਦਾ ਜੀਵਨ ਵੀ ਸੀ ਆਪ ਦੇ ਦੌਰ ਦੇ ਵਿੱਚ ਅਨੇਕਾਂ ਸੂਫੀ ਫਕੀਰਾਂ ਨੇ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਰੱਬੀ ਗੀਤ ਗਾ ਕੇ ਲੋਕਾਂ ਨੂੰ ਰੱਬ ਦੇ ਨਾਲ ਜੋੜਿਆ ਅਤਾਰ ਨਾਮ ਦੇ ਇੱਕ ਸੂਫੀ ਫਕੀਰ ਕਸ਼ਮੀਰ ਦੇ ਵਿੱਚ ਸਨ ਜਿਨ੍ਹਾਂ ਦਾ ਰੋਜ਼ ਦਾ ਕੰਮ ਸੀ ਛੋਲੇ ਉਬਾਲ ਕੇ ਬਾਜ਼ਾਰ ਦੇ ਚ ਵੇਚਣੇ ਸਬਜ਼ੀਆਂ ਉਬਾਲ ਕੇ ਬਾਜ਼ਾਰ ਦੇ ਚ ਵੇਚਣੀਆਂ ਪਰ ਭੋਲਾ ਸੁਭਾਅ ਮਾਸੂਮ ਤਬੀਅਤ ਫਕੀਰ ਲੋਕ ਠਗਾਤੇ ਲੈਂਦੇ ਨੇ ਠਗਦੇ ਨਹੀਂ ਸੰਸਾਰੀ ਠੱਗ ਕੇ ਖੁਸ਼ ਹੈ ਫਕੀਰ ਠਗਾ ਕੇ ਖੁਸ਼ ਹੁੰਦਾ ਹੈ ਠੱਗ ਕੇ ਦੁਖੀ ਹੁੰਦਾ ਹੈ ਕਿਸੇ ਨੂੰ ਠਗਣਾ ਉਸ ਲਈ ਦੁੱਖ ਦਾ ਵਾਇਸ ਹੈ ਤੋ ਜਿਹੜਾ ਖੋਟਾ ਸਿੱਕਾ ਕਿਦਰੇ ਨਾ ਚਲੇ ਲੋਕੀ ਅਤਾਰ ਦੀ ਦੁਕਾਨ ਤੇ ਆ ਕੇ ਚਲਾਉਂਦੇ ਸਨ ਉਹ ਖੁੰਝ ਆ ਲਾਂਦੇ ਸਨ ਖੋਟਾ ਸਿੱਕਾ ਗੋ ਰੱਖ ਦੇਣਾ ਤੇ ਇਹ ਆਤਾਰ ਨੂੰ ਵੀ ਪਤਾ ਹੁੰਦਾ ਸੀ ਕਿ ਸਿੱਕਾ ਖੋਟਾ ਹੈ ਲੇਕਿਨ ਵਾਪਸ ਕਰਨ ਦੀ ਹਿੰਮਤ ਨਹੀਂ ਸੀ ਜਿਹੜਾ ਮੇਰੇ ਕੋਲ ਆਇਆ ਇਹਨੂੰ ਮੈਂ ਮਾਇੂਸ ਕਿਵੇਂ ਮੋੜਾਂ ਚਾਹੇ ਖੋਟਾ ਹੈ ਇਹਨੂੰ ਮੈਂ ਵਾਪਸ ਕਿਵੇਂ ਕਰਾਂ ਆਪਣੇ ਕੋਲ ਰੱਖ ਲੈਂਦੇ ਸਨ ਮੇਰੇ ਕੋਲ ਜੋ ਆਇਆ ਹੈ ਤਾਂ ਮੈਂ ਆਪਣੇ ਕੋਲ ਥਾ ਦੇਣੀ ਹੈ ਕਮਾਲ ਦੀ ਗੱਲ ਸਿੱਕਾ ਖੋਟਾ ਲੈਣਾ ਸੌਦਾ ਖਰਾ ਦੇ ਦੇਣਾ ਸਹਜੇ ਸਹਜੇ ਗੱਲ ਕਸ਼ਮੀਰ ਦੇ ਵਿੱਚ ਮਸ਼ਹੂਰ ਹੋ ਗਈ ਕਿ ਖੋਟਾ ਸਿੱਕਾ ਕਿਧਰੇ ਵੀ ਨਾ ਚਲੇ ਅਤਾਰ ਦੀ ਦੁਕਾਨ ਤੇ ਚੱਲ ਜਾਏਗਾ। ਔਰ ਲੋਕੀ ਜਦ ਦੇਖਦੇ ਸਨ ਕਿ ਕੋਈ ਸਿੱਕਾ ਕਿਧਰੇ ਨਹੀਂ ਚੱਲਦਾ ਤਾਂ ਸਿੱਧੇ ਸੂਫੀ ਫਕੀਰ ਅਤਾਰ ਦੇ ਗੁਲਾਮ ਉਬਲੀਆਂ ਹੋਈਆਂ ਸਬਜ਼ੀਆਂ ਲੈ ਲੈਣ ਉਬਲੇ ਹੋਏ ਛੋਲੇ ਲੈ ਲੈਣ ਸੋਨਾ ਖਰਾ ਸੌਦਾ ਲੈ ਲੈਣ ਖੋਟੇ ਸਿੱਕੇ ਦੇ ਜਾਣ। ਸਹਜੇ ਸਹਜੇ ਖੋਟੇ ਸਿੱਕਿਆਂ ਦੀ ਘਰ ਦੇ ਵਿੱਚ ਭਰਮਾਰ ਹੋਂਦੀ ਗਈ। ਅੱਜ ਅਤਾਰ ਦੀ ਪਤਨੀ ਨੇ ਖੋਟੇ ਸਿੱਕਿਆਂ ਦੀ ਥੈਲੀ ਅੱਗੋਂ ਰੱਖ ਦਿੱਤੀ ਤੇ ਆਖਿਆ ਕਿ ਮੈਂ ਅੱਜ ਉਬਲੇ ਛੋਲਿਆਂ ਦਾ ਖੌਂਚਾ ਤਿਆਰ ਨਹੀਂ ਕਰ ਸਕੀ ਅੱਜ ਮੈਂ ਸਬਜ਼ੀਆਂ ਉਬਾਲ ਕੇ ਖੌਂਚਾ ਤਿਆਰ ਨਹੀਂ ਕਰ ਸਕੀ ਕਿਉਂ ਕਿ ਘਰ ਦੇ ਵਿੱਚ ਸਿੱਕੇ ਹੀ ਨਹੀਂ ਸਨ ਸਭ ਖੋਟੇ ਨੇ ਬਾਜ਼ਾਰ ਵਿੱਚ ਚੱਲਦੇ ਹੀ ਨਹੀਂ ਤਾਂ ਮੈਂ ਕਿਸ ਤਰ੍ਹਾਂ ਸੌਦਾ ਲਿਆਂਵਾਂ ਇਸ ਵਾਸਤੇ ਅੱਜ ਖੌਂਚਾ ਤਿਆਰ ਨਹੀਂ ਹੋਇਆ ਖੋਟੇ ਸਿੱਕਾਂ ਦੀ ਥੈਲੀ ਲੈ ਕੇ ਅਤਾਰ ਪ੍ਰਾਰਥਨਾ ਦੇ ਵਿੱਚ ਜੁੜ ਗਏ ਤੇ ਕਹਿੰਦੇ ਨੇ اے ਖੁਦਾ ਮੇਰੇ ਕੋਲ ਜਿਹੜਾ ਵੀ ਖੋਟਾ ਸਿੱਕਾ ਆਇਆ ਹੈ ਮੈਂ ਉਸ ਨੂੰ ਕਬੂਲ ਕੀਤਾ ਹੈ ਮੈਂ ਉਸ ਨੂੰ ਪ੍ਰਵਾਨ ਕੀਤਾ ਹੈ ਮੈਂ ਉਸ ਨੂੰ ਆਪਣੇ ਕੋਲ ਰੱਖਿਆ ਹੈ ਇਸ ਵਾਸਤੇ ਕਿ ਮੈਂ ਵੀ ਖੋਟਾ ਜਦ ਤੇਰੇ ਦਰ ਤੇ ਆਵਾਂ ਤੂੰ ਮੈਨੂੰ ਕਬੂਲ ਕਰ ਲੈ ਤੂੰ ਮੈਨੂੰ ਪ੍ਰਵਾਨ ਕਰ ਲੈ ਤੂੰ ਆਪਣੇ ਕਦਮਾਂ ਦੇ ਵਿੱਚ ਮੈਨੂੰ ਥਾਂ ਦੇ ਦੇਂ ਇਸ ਤਰ੍ਹਾਂ ਦੇ ਸਬਰ ਹਲੇ ਨੇ ਔਰ ਵਿਸ਼ਾਲ ਦਿਲ ਦੇ ਮਾਲਕ ਇਹ ਫਕੀਰ ਲੋਗ ਹੋਇਆ ਕਰਦੇ ਨੇ ਬਾਬਾ ਫਰੀਦ ਇਸ ਤਰ੍ਹਾਂ ਦੇ ਅਗੰਮੀ ਗੀਤ ਸਮਸਤ ਭਾਰਤ ਦੇ ਚ ਗਾ ਗਾ ਕੇ ਮਖਲੂਕ ਨੂੰ ਖੁਦਾ ਦੇ ਨਾਲ ਜੋੜਦੇ ਰਹੇ ਅੱਲਾਹ ਦੀ ਕਰ ਬੰਦਗੀ ਦਿਲ ਦੀ ਰਾਏ ਭਰਾਂਦ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ ਅੱਲਾ ਦਾ ਨਾਮ ਉਚਾਰਨ ਕਰ ਦਿਲ ਦੇ ਸਾਰੇ ਵਹਿਮ ਤੋਹਮਤ ਮਿਟਾ ਦੇ ਦਰवेशਾਂ ਨੂੰ ਰੁੱਖਾਂ ਜੈਸੇ ਹਿਰਦਾ ਚਾਹੀਦਾ ਹੈ ਦਰਖਤਾਂ ਜੈਸੇ ਹਿਰਦਾ ਚਾਹੀਦਾ ਹੈ ਦਰਖਤ ਦੀ ਹੋਂਦ ਦੂਜਿਆਂ ਲਈ ਦਰਖਤ ਦੀ ਛਾਇਆ ਦੂਜਿਆਂ ਲਈ ਦਰਖਤਾਂ ਦੇ ਪੱਤੇ ਦੂਜਿਆਂ ਲਈ ਦਰਖਤਾਂ ਦੇ ਫੁੱਲ ਫਲ ਦੂਜਿਆਂ ਲਈ ਦਰਖਤ ਦੂਜਿਆਂ ਨੂੰ ਸੁੱਖ ਦੇਣ ਲਈ ਜੀ ਰਿਹਾ ਹੈ ਫਕੀਰ ਤੇ ਉਹ ਹੈ ਜਿਸ ਦੀ ਹੋਂਦ ਦੂਜਿਆਂ ਲਈ ਸੁੱਖ ਦਾ ਵਾਅਸ ਬਣੇ ਜਿਹਦੀ ਹੋਂਦ ਦੂਜਿਆਂ ਲਈ ਰਸਤਾ ਵਾਅਸ ਬਣੇ ਜਿਹਦੀ ਹੋਂਦ ਦੂਜਿਆਂ ਲਈ ਆਰਾਮ ਦਾ ਵਾਅਸ ਬਣੇ ਤੋਂ ਅੱਜ ਵੀ ਬਾਬੇ ਫਰੀਦ ਦੇ ਡੇਰੇ ਪਾਕਪਟਨ ਦੇ ਚ ਜਾਈਏ ਤੇ ਇੱਕ ਅਜੀਬ ਜਿਹੀ ਸ਼ਾਂਤੀ ਨਸੀਬ ਆਉਂਦੀ ਹੈ ਜੈਸੇ ਫਰੀਦ ਦੇ ਉਸ ਉੱਗੇ ਤੇ ਮਹਾਨ ਬ੍ਰਿਖਸ਼ ਦੇ ਥੱਲੇ ਬੈਠੇ ਆਵੇ ਮਨੁੱਖ ਐਸਾ ਮਨੁੱਖ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਔਰ ਉੱਥੇ ਬੈਠਣ ਨਾਲ ਅਜੀਬ ਜਿਹੀ ਸ਼ਾਂਤੀ ਅਜੀਬ ਜੀਆਂ ਸਕੂਨ ਮਨੁੱਖ ਨੂੰ ਮਿਲਦਾ ਹੈ ਪਤਾ ਚੱਲਦਾ ਹੈ ਵਾਕਈ ਇਹ ਬੂਟਾ ਅਜ ਵੀ ਹਰਾ ਭਰਾ ਖੜਾ ਹੈ ਫਕੀਰ ਭਾਵੇਂ ਤਨ ਕਰਕੇ ਜਗਤ ਤੋਂ ਰੁਕਸਤ ਹੋ ਜਾਂਦੇ ਨੇ ਪਰ ਉਹਨਾਂ ਦੇ ਫੁੱਲ ਫਲ ਜੋ ਮਧੁਰ ਬਚਨ ਨੇ ਮਧੁਰ ਬੋਲ ਨੇ ਉਹ ਤਾਂ ਜੀਵਨ ਰਹਿਦੀ ਦੁਨੀਆ ਤੱਕ ਸੁੱਖ ਆਰਾਮ ਚੈਨ ਤੇ ਅਨੰਦ ਵੰਡਦੇ ਹੀ ਰਹਿੰਦੇ ਨੇ ਬਾਬੇ ਫਰੀਦ ਦਾ ਇਹ ਅਮਰ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਿਆਂ ਦੇ ਰਾਹੀਂ ਜਗਤ ਦੇਚ ਅੱਜ ਵੀ ਫੈਲ ਰਿਹਾ ਹੈ ਅੱਜ ਵੀ ਅਮਨ ਤੇ ਸ਼ਾਂਤੀ ਤੇ ਰਸ ਸਕੂਨ ਵੰਡ ਰਿਹਾ ਹੈ